कैनेडियन हाई कमीशन वालों पिछले कुछ दिनों विच स्टूडेंट्स की बहुत वड्डी तादाद नूं वीजा ना देण दी खबर नाल स्टूडेंट्स ते उहनां दे मापे परेशान ने। इत्थों तक कि उह स्टूडेंट्स भी वीजा रिफ्यूजल दा सामना कर रहे ने जिन्हां ने आईएलटीएस विच हाई स्कोर हासिल कीते सी ते जिहड़े कैनेडा दे कालजां विच ऑनलाइन स्टडी लई पहलां ही एनरोल सी। हुण इहनां स्टूडेंट्स नूं वीजे लई रीअप्लाई करना पैणा है। ਮਾਹਿਰਾਂ ਅਨੁਸਾਰ ਰਿਫਿਊਜ਼ਲਸ ਹਮੇਸ਼ਾ ਤੋਂ ਆਉਂਦੇ ਸੀ ਪਰ ਇੰਨੀ ਵੱਡੀ ਤਾਦਾਦ 'ਚ ਸਟੂਡੈਂਟਸ ਦਾ ਵੀਜ਼ਾ ਰਿਫਿਊਜ਼ਲ ਆਉਣਾ ਹੈਰਾਨੀ ਦੀ ਗੱਲ ਹੈ ਕਿਉਂਕਿ ਪਾਸਟ ਵਿੱਚ ਇਸ ਤਰ੍ਹਾਂ ਦਾ ਫਿਨੋਮੀਨਾ ਕਦੇ ਨਹੀਂ ਦੇਖਿਆ ਗਿਆ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਸਟੂਡੈਂਟਸ ਦਾ ਰਿਫਿਊਜ਼ਲ ਆਵੇ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸਟੂਡੈਂਟਸ ਦਾ ਕੇਸ ਕੋਰਸਿਸ ਪੁਆਇੰਟ ਆਫ ਵਿਊ ਤੋਂ ਕਮਜ਼ੋਰ ਹੈ ਜਾਂ ਫਿਰ ਜਿਹੜੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਨਹੀਂ ਦਿਖਾ ਸਕੇ ਉਹਨਾਂ ਦੇ ਵੀਜ਼ੇ ਰਿਫਿਊਜ਼ ਕੀਤੇ ਗਏ ਨੇ ਕਿਉਂਕਿ ਕੋਰੋਨਾ ਮਹਾਮਾਰੀ ਤੇ ਕੈਨੇਡਾ ਵੱਲ ਡਾਇਰੈਕਟ ਉਡਾਨਾਂ ਨਾ ਹੋਣ ਕਰਕੇ 3 to 3.5 lakh ਸਟੂਡੈਂਟਸ ਦੀਆਂ ਐਪਲੀਕੇਸ਼ਨਸ ਲਾਈਨ ਵਿੱਚ ਲੱਗੀਆਂ ਹੋਈਆਂ ਸਨ ਤੇ ਇੰਨੇ ਵੱਡੇ ਨੰਬਰ ਨੂੰ ਇੱਕਦਮ ਕੈਨੇਡਾ 'ਚ ਅਕੋਮੋਡੇਟ ਕਰਨਾ ਮੁਸ਼ਕਿਲ ਹੈ। ब्यूरो रिपोर्ट चैनल पंजाबी। साडा हर एक प्रोग्राम देखण ते साडे नाल जुड़न लई सब्सक्राइब करो चैनल पंजाबी ते नोटिफिकेशन लई बेल आइकन वाले बटन ते क्लिक करो।